ਹਾਂਜੀ ਦੋਸਤੋ ਅਸੀਂ ਸਵਾਗਤ ਕਰਦੇ ਆਂ ਸਾਡੇ ਨਵੇਂ ਚੈਨਲ ਜੱਟ 9811 ਵਾਲੇ ਦੇ ਵਿੱਚ ਹਾਂਜੀ ਵੀਰੋ ਤੇ ਭੈਣੋ ਜੋ ਸਾਡੇ ਚੈਨਲ ਤੇ ਨਵੇਂ ਨੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਿਓ ਦਬਾ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਹਾਂਜੀ ਇੱਕ ਨਿੱਕੀ ਜੀ ਬੇਨਤੀ ਹੈ ਜੀ ਜੋ ਮੇਰੇ ਵੀਰ ਭੈਣ ਐਡ ਲਵਾਉਣ ਦੇ ਲਈ ਆਪਣਾ ਮੋਬਾਈਲ ਨੰਬਰ ਦਿੰਦੇ ਹਨ ਪਰਸਨਲ ਨੰਬਰ ਨਾ ਦਿਆ ਕਰੋ ਕੋਈ ਫਾਲਤੂ ਨੰਬਰ ਦੇ ਦਿਆ ਕਰੋ ਫਿਰ ਕਈ ਵੀਰ ਭੈਣਾਂ ਦੇ ਫੋਨ ਕਾਲ ਆਉਂਦੇ ਨੇ ਵੀ ਸਾਡੀ ਮਸ਼ੀਨਰੀ ਸੇਲ ਹੋ ਗਈ ਐ ਐਡ ਨੰਬਰ ਸਾਡਾ ਡਿਲੀਟ ਮਾਰ ਦਿਓ ਕਿਉਂਕਿ ਜੇ ਇੱਕ ਵਾਰ ਐਡ ਅਪਲੋਡ ਹੋ ਗਈ ਉਸ ਤੋਂ ਬਾਅਦ ਅਸੀਂ ਡਿਲੀਟ ਨਹੀਂ ਕਰ ਸਕਦੇ ਹਾਂਜੀ ਜੇਕਰ ਕੋਈ ਵੀ ਮੇਰਾ ਵੀਰ ਭਾਈ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਸੇਲ ਕਰਨਾ ਚਾਹੁੰਦਾ ਜਿਵੇਂ ਕਾਰ ਸਕੂਟਰ ਟਰੈਕਟਰ ਟਰਾਲੀ ਬਾਈਕ ਜਾਂ ਮਸ਼ੀਨੀ ਸੰਦ ਸੇਲ ਕਰਨਾ ਚਾਹੁੰਦੇ ਹੋ ਤਾਂ ਉਸ ਦੀਆਂ 5-7 ਫੋਟੋਆਂ ਤੇ ਲੋੜੀ ਦੀ ਜਾਣਕਾਰੀ ਸਾਨੂੰ ਪਾਇਆ ਕਰੋ ਬਾਕੀ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਰੱਖਿਆ ਕਰੋ ਮੇਰੇ ਵੀਰੋ ਹਾਂਜੀ ਸਾਡਾ ਹੈਲਪਲਾਈਨ ਨੰਬਰ ਨੋਟ ਕਰ ਲਓ 90412465779041246577 ਹਾਂਜੀ ਸਾਡੇ ਚੈਨਲ ਦੇ ਉੱਤੇ ਅਸੀਂ ਬਿਲਕੁਲ ਫ੍ਰੀ ਐਡ ਲਾਉਨੇ ਆ ਜੀ ਸਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਕਮਿਸ਼ਨ ਨਹੀਂ ਹੋਊਗਾ ਜੀ ਅਸੀਂ ਕਸਟਮਰਾਂ ਨੂੰ ਮਾਲਕ ਵੀਰਾਂ ਤੱਕ ਸਿੱਧੀਆਂ ਗੱਡੀਆਂ ਪਹੁੰਚਾਉਨੇ ਆ ਜੀ ਤਾਂ ਜੋ ਉਹਨਾਂ ਦਾ ਫਾਇਦਾ ਹੋ ਸਕੇ ਜੀ ਹਾਂਜੀ ਬਾਕੀ ਕਿਸੇ ਵੀਰ ਭੈਣ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਮੇਰੇ ਇਸ ਹੈਲਪਲਾਈਨ ਨੰਬਰ ਦੇ ਉੱਤੇ ਮੈਨੂੰ ਕਾਲ ਕਰਕੇ ਪੁੱਛ ਸਕਦਾ 24 ਘੰਟੇ ਆਪਾਂ ਤੁਹਾਡੇ ਲਈ ਹਾਜ਼ਰ ਆ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਲੋੜ ਆ ਤਾਂ ਹਾਂਜੀ ਵੀਰੋ ਅੱਜ ਆਪਣੇ ਕੋਲੇ ਸੇਲ ਦੇ ਲਈ 6 ਚੀਜ਼ਾਂ ਆਈਆਂ ਨੇ ਜਿਸ ਦੇ ਵਿੱਚ Swift Dzire VDiA 2011 ਮਾਡਲ ਹੈ Mahindra Scorpio 2008 ਮਾਡਲ ਹੈ Tata Indica ਗੱਡੀ ਹੈ 2006 ਮਾਡਲ ਹੈ ਪੁੱਠੇ ਗੇਰਾ ਵਾਲਾ ਸਟੈਂਡਰਡ ਬੁਲਟ ਹੈ 2008 ਮਾਡਲ ਹੈ ਜੀ ਜੌਂਡੀਅਰ ਟਰੈਕਟਰ ਹੈ 5310 2007 ਮਾਡਲ ਹੈ ਹੁੰਡਾਈ i20 ਗੱਡੀ ਹੈ 2012 ਮਾਡਲ ਹੈ ਜੀ ਸਭ ਤੋਂ ਪਹਿਲੀ ਗੱਡੀ ਜੋ Swift Dzire ਹੈ ਜੀ VDI ਦੇ ਵਿੱਚ ਗੱਡੀ ਆ ਤੇ 2011 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਇਹ ਗੱਡੀ ਮੋਗੇ ਏਰੀਆ ਦੇ ਵਿੱਚ ਖੜੀ ਆ ਸਾਢੇ 3 ਲੱਖ ਰੁਪਿਆ ਡਿਮਾਂਡ ਆ ਮਾਲਕ ਵੀਰਾਂ ਦੀ ਮੌਕੇ ਤੇ ਮਾਨਤਾ ਨਾ ਹੋਵੇਗਾ ਕੰਟੈਕਟ ਨੰਬਰ ਨੋਟ ਕਰੋ 97807 27319 ਸੁਵਬ ਡੇਅਰ ਦੀ ਗੱਲ ਕਰੀਏ ਤਾਂ ਦੋਵੇਂ ਚਾਬੀਆਂ ਨਾਲ ਨੇ ਵੈਲਿਡ ਇੰਸ਼ੋਰੈਂਸ ਹੈ ਜੀ ਬ੍ਰੈਂਡ ਨਿਊ 15 ਇੰਚ ਅਲਾਈ ਵੀਲ ਨੇ ਐਂਡ ਵਧੀਆ ਕੰਡੀਸ਼ਨ ਦੇ ਟਾਇਰ ਨੇ ਨਵੀਂ ਬੈਟਰੀ ਆ ਤੇ ਲੈਦਰ ਦੇ ਨਵੇਂ ਸੀਟ ਕਵਰ ਲੱਗੇ ਹੋਏ ਨੇ ਜੀ ਬਾਡੀ ਲਾਈਨ ਦੀ ਕਾਰ ਬਿਲਕੁਲ ਓਕੇ ਆ ਕਿਤੋਂ ਕੋਈ ਜਰਨੀ ਕਿਤੋਂ ਕੋਈ ਜਗਾਲ ਨਹੀਂ ਆਹ ओरिजिनल ਕਾਰ ਆ ਪੂਰਾ ਸ਼ੀਲਡ ਇੰਜਨ ਪਿਆ ਮੇਰੇ ਵੀਰੋ ਤੇ ਅੰਟੀਰੀਅਰ ਦੀ ਗੱਲ ਕਰੀਏ ਤਾਂ ਨੀਟ ਐਂਡ ਕਲੀਨ ਅੰਟੀਰੀਅਰ ਆ ਵਧੀਆ ਕੰਡੀਸ਼ਨ ਦੇ ਸੀਟ ਕਵਰ ਲੱਗੇ ਹੋਏ ਨੇ ਲੈਦਰ ਦੇ ਸੀਟ ਕਵਰ ਨੇ ਤੇ ਵਧੀਆ ਕੰਡੀਸ਼ਨ ਦੀ ਮੈਟਿੰਗ ਪਈ ਆ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਮਾਲਕ ਵੀਰਾਂ ਦੀ ਫੁੱਲ ਬਟਾ ਫੁੱਲ ਗਾਰੰਟੀ ਆ ਪੂਰਾ ਸ਼ੀਲਡ ਇੰਜਨ ਆ ਏਸੀ ਹੀਟਰ ਚੱਲਦਾ ਮੇਰੇ ਵੀਰੋ ਮਿਊਜ਼ਿਕ ਸਿਸਟਮ ਚੱਲਦਾ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਆ ਸਕੋਰਪੀਓ ਗੱਡੀ ਆ ਜੀ 2008 ਮਾਡਲ ਆ ਤੇ ਹਰਿਆਣਾ ਦਾ ਨੰਬਰ ਆ ਇਹ ਗੱਡੀ ਸਮਾਣਾ ਗਾਜੀਪੁਰ ਏਰੀਆ ਦੇ ਵਿੱਚ ਖੜੀ ਆ ਜੋ ਡਿਮਾਂਡ ਆ ਇਸ ਦੀ 2,75,000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਨ ਹੋਵੇਗਾ ਮਾਲਕਾਂ ਦਾ ਕੰਟੈਕਟ ਨੰਬਰ ਨੋਟ ਕਰੋ 77104 76213 ਜੀ ਹਾਂਜੀ ਮਹਿੰਦਰਾ ਵਾਲਿਆਂ ਦੀ ਗੱਡੀ ਆ ਸਕੋਰਪੀਓ ਬਹੁਤ ਹੀ ਵਧੀਆ ਵਾਈਟ ਕਲਰ ਦੀ ਗੱਡੀ ਆ ਜੀ ਹਰਿਆਣਾ ਦਾ ਨੰਬਰ ਆ ਆਲ ਅਰੀਜਨਲ ਕਾਰ ਆ ਜੀ ਬਾਡੀ ਲਾਈਨ ਦੀ ਕਾਰ ਬਿਲਕੁਲ ਓਕੇ ਆ ਨੋਨ ਐਕਸੀਡੈਂਟ ਕਾਰ ਆ ਕਿਤੇ ਕੋਈ ਜਰਨੀ ਕਿਤੇ ਕੋਈ ਜਗਾਂ ਨਹੀਂ ਵਧੀਆ ਘਰੇ ਸਾਂਭ ਕੇ ਰੱਖੀ ਹੋਈ ਕਾਰ ਆ ਜੀ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੱਤੀ ਗਈ ਆ ਏਸੀ ਹੀਟਰ ਚੱਲਦਾ ਮੇਰੇ ਵੀਰੋ ਬਹੁਤ ਹੀ ਸੋਹਣੀ ਅਤੇ ਸਾਫ ਸੁਥਰੀ ਗੱਡੀ ਆ ਜੀ ਅੰਟੀਰੀਅਰ ਦੀ ਗੱਲ ਕਰੀਏ ਤਾਂ ਵਧੀਆ ਕੰਡੀਸ਼ਨ ਦਾ ਅੰਟੀਰੀਅਰ ਹੈ ਸੀਟ ਕਵਰ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ ਮੈਟਿੰਗ ਵਗੈਰਾ ਹੋਈ ਵੀ ਆ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਆ ਏਸੀ ਹੀਟਰ ਵਰਕਿੰਗ ਦੇ ਵਿੱਚ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਾਰ ਹੈ Tata Indica 2006 ਮਾਡਲ ਕਾਰ ਹੈ ਮਾਲਕ ਵੀਰਾਂ ਦਾ ਮਲੋਟ ਏਰੀਆ ਇਹ ਗੱਡੀ ਦੀ 55000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਹੋਵੇਗਾ ਦਿੱਲੀ ਨੰਬਰ ਗੱਡੀ ਹੈ ਜੀ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੋਟ ਕਰੋ 6284044285 ਹਾਂਜੀ ਪਾਵਰ ਵਿੰਡੋ ਗੱਡੀ ਹੈ ਜੀ ਬਾਡੀ ਲਾਈਨ ਦੀ ਗੱਡੀ ਬਿਲਕੁਲ ਓਕੇ ਆ ਕਿਤੇ ਕੋਈ ਜਰਨੀ ਕਿਤੇ ਕੋਈ ਜੰਗਾਲ ਨਹੀਂ ਨੌਨ ਐਕਸੀਡੈਂਟ ਕਾਰ ਆ ਇੰਜਨ ਗੇਅਰ ਦੀ ਮਾਰਕ ਵੀਰਾਂ ਵੱਲੋਂ ਫੁੱਲ ਬਟਾ ਫੁੱਲ ਗਾਰੰਟੀ ਦਿੱਤੀ ਗਈ ਆ ਏਸੀ ਹੀਟਰ ਚੱਲਦਾ ਮੇਰੇ ਵੀਰੋ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਆ ਟਾਇਰਾਂ ਦੀ ਗੱਲ ਕਰੀਏ ਤਾਂ 60 ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਇੰਟੀਰੀਅਰ ਦੀ ਗੱਲ ਕਰੀਏ ਤਾਂ ਵਧੀਆ ਕੰਡੀਸ਼ਨ ਦੇ ਸੀਟ ਕਵਰ ਨੇ ਮੈਟ ਵਗੈਰਾ ਵਿਸ਼ੇ ਹੋਏ ਨੇ ਵਧੀਆ ਦਿੱਲੀ ਨੰਬਰ ਦੀ ਗੱਡੀ ਆ ਜੀ ਕਰੇ ਸਾਹਮਣੇ ਰੱਖੀ ਹੋਈ ਕਾਰ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਐ ਇੰਜਨ ਬਿਲਕੁਲ ਸੁੱਕਾ ਪਿਆ ਕਿਤੇ ਕੋਈ ਲੀਕਿੰਗ ਨਹੀਂ ਇਹ ਤੁਸੀਂ ਕਾਰ ਤੁਸੀਂ ਖਰੀਦ ਸਕਦੇ ਹੋ ਹਾਂਜੀ ਨੈਕਸਟ ਆਪਣੇ ਕੋਲੇ ਬੁਲੇਟ ਵਿਕਾਊ ਆ ਸਟੈਂਡਰਡ ਮਾਡਲ ਆ ਜੀ ਪੁੱਠੇ ਗੇਰਾਂ ਵਾਲਾ ਬੁਲੇਟ 2008 ਮਾਡਲ ਐ ਮਾਲਕ ਵੀਰਾਂ ਦਾ ਸੰਗਰੂਰ ਏਰੀਆ ਜੀ ਜੋ ਡਿਮਾਂਡ ਰੱਖੀ ਗਈ ਆ ਬੁਲੇਟ ਦੀ 1 ਲੱਖ 48000 ਰੁਪਏ ਡਿਮਾਂਡ ਆ ਜੀ ਮੌਕੇ ਤੇ ਡਿਸਕਾਊਂਟ ਹੋਵੇਗਾ ਮਾਲਕਾਂ ਦਾ ਕੰਟੈਕਟ ਨੰਬਰ ਨੋਟ ਕਰੋ 88723 39633 ਹਾਂਜੀ ਬਲੈਕ ਰੰਗ ਦਾ ਬੁਲਟ ਹੈ ਪੁੱਠੇ ਗੇਰਾਂ ਵਾਲਾ ਸਟੈਂਡਰਡ ਮਾਡਲ ਹੈ ਜੀ ਬਹੁਤ ਹੀ ਵਧੀਆ ਸਾਫ ਸੁਥਰੀ ਹਾਲਤ ਦਾ ਬੁਲਟ ਹੈ ਆਲ ओरिजिनल ਬੁਲਟ ਹੈ ਜੀ ਟਾਇਰਾਂ ਦੀ ਕੰਡੀਸ਼ਨ ਨਿਊ ਟਾਇਰਾਂ ਦੀ ਕੰਡੀਸ਼ਨ ਹੈ ਅਲਾਈ ਵੀਲ ਲੱਗੇ ਹੋਏ ਨੇ ਇੰਜਨ ਗੇਅਰ ਦੀ ਮਾਲਕ ਵੀਰਾ ਵੱਲੋਂ ਫੁੱਲ ਬਟਾ ਫੁੱਲ ਗਾਰੰਟੀ ਦਿੱਤੀ ਗਈ ਹੈ 1 ਰੁਪਿਆ ਲਾਉਣ ਦੀ ਲੋੜ ਨਹੀਂ শোরੂਮ ਕੰਡੀਸ਼ਨ ਦਾ ਬੁਲਟ ਹੈ ਜੀ ਚੈਨ ਸੈੱਟ ਵਗੈਰਾ ਬਿਲਕੁਲ ਓਕੇ ਹੈ ਜੀ ਵਧੀਆ ਹਾਲ ਦਾ ਬੁਲਟ ਆ ਜੀ ਕਿਤੋਂ ਕੋਈ ਡੈਂਟ ਨਹੀਂ ਕਿਤੋਂ ਕੋਈ ਜਰਨੀ ਕਿਤੋਂ ਕੋਈ ਜਗਾਲ ਨਹੀਂ ਬਹੁਤ ਹੀ ਵਧੀਆ ਸੰਭ ਕੇ ਰੱਖਿਆ ਹੋ ਬੁਲਟ ਹੈ ਜੋ ਡਿਮਾਂਡ ਰੱਖੀ ਗਈ ਆ 1 ਲੱਖ 48000 ਰੁਪਏ ਡਿਮਾਂਡ ਆ ਜੀ ਮੌਕੇ ਤੇ ਡਿਸਕਾਊਂਟ ਹੋਵੇਗਾ ਸੰਗਰੂਰ ਏਰੀਆ ਵਾਲਕ ਵੀਰਾਂ ਦਾ ਪੁੱਠੇਗਿਰਾਂ ਵਾਲਾ ਬੁਲਟ ਆ ਤੁਸੀਂ ਇਹ ਖਰੀਦ ਸਕਦੇ ਹੋ ਜੌਂਡੀਅਰ ਟਰੈਕਟਰ ਆ ਜੀ 5310 2007 ਮਾਡਲ ਹੈ ਤੇ ਹਰਿਆਣੇ ਦਾ ਨੰਬਰ ਆ ਜੀ ਇਹ ਟਰੈਕਟਰ ਪਿੰਡ ਹਰੀਨੋਂ ਕੋੜਕਪੂਰਾ ਦੇ ਲਾਗੇ ਖੜਾ ਜੀ ਜੋ ਡਿਮਾਂਡ ਹੈ 415000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੋਟ ਕਰੋ 8847429174 ਹਾਂ ਜੀ ਆਲ オリジナル ਜੌਂਡੀਅਰ ਟਰੈਕਟਰ ਹੈ ਜੀ ਵਧੀਆ ਘਰੇ ਸਾਂਭਿਆ ਹੋਇਆ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਬਿਲਕੁਲ ਓਕੇ ਹੈ ਕਿਤੋਂ ਕੋਈ ਜਰਨੀ ਕਿਤੋਂ ਕੋਈ ਜੰਗਾਲ ਨਹੀਂ ਜੀ ਬਗਾਰ ਪਿਆ ਸਟicker ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਇੰਜਣ ਦੇ ਵਿੱਚ ਕੋਈ ਨੀ ਚੀਜ਼ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਮੇਰੇ ਵੀਰੋ ਤੁਹਾਨੂੰ ਟਰੈਕਟਰ ਦੇ ਉੱਤੇ 1 ਰੁਪਿਆ ਲਾਉਣ ਦੀ ਲੋੜ ਨਹੀਂ ਪੂਰਾ ਛੀਲਡ ਇੰਜਣ ਪਿਆ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਨੇ ਤੇ ਹਰੀਨੋ ਪਿੰਡ ਕੋੜਕਪੂਰਾ ਦੇ ਨੇੜੇ ਇਹ ਟਰੈਕਟਰ ਖੜਾ ਬਹੁਤ ਹੀ ਵਧੀਆ ਅਤੇ ਸਸਤੀ ਕੰਡੀਸ਼ਨ ਦਾ ਟਰੈਕਟਰ ਆ ਤੁਸੀਂ ਇਹ ਟਰੈਕਟਰ ਮਾਲਕਾਂ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ हां जी लास्ट ਜੋ ਗੱਡੀ ਆ ਆਪਣੇ ਕੋਲੇ i20 ਹੰਡਾਈ ਵਾਲਿਆਂ ਦੀ ਗੱਡੀ ਆ ਜੀ 2012 ਮਾਡਲ ਹੈ ਮੋਗੇ ਏਰੀਆ ਦੇ ਵਿੱਚ ਗੱਡੀ ਖੜੀ ਆ ਹਰਿਆਣੇ ਦਾ ਨੰਬਰ ਆ ਜੀ ਤੇ ਜੋ ਡਿਮਾਂਡ ਆ 2,70,000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਹੋਵੇਗਾ ਮਾਲਕਾਂ ਦਾ ਕੰਟੈਕਟ ਨੰਬਰ ਨੋਟ ਕਰੋ 7009647915 हां जी ਵਾਈਟ ਕਲਰ ਦੀ ਕਾਰ ਆ ਜੀ ਨਿਊ ਬੈਟਰੀ ਰਖਾਈ ਹੋਈ ਆ ਮਿਊਜ਼ਿਕ ਸਿਸਟਮ ਓਕੇ ਆ ਨਿਊ ਲੈਦਰ ਦੇ ਸੀਟ ਕਵਰ ਨੇ ਤੇ ਨਿਊ ਮੈਟ ਲੱਗੇ ਹੋਏ ਨੇ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਆ ਪੂਰਾ ਛੀਲਡ ਇੰਜਨ ਹੈ ਕਿਤੇ ਕੋਈ ਲੀਕਿੰਗ ਨਹੀਂ ਬਾਡੀ ਲਾਈਨ ਦੀ ਕਾਰ ਬਿਲਕੁਲ ਓਕੇ ਆ ਬਹੁਤ ਹੀ ਸੋਹਣੇ ਫਰੇਮ ਦੀ ਕਾਰ ਆ ਕਿਤੇ ਕੋਈ ਜਰਨੀ ਕਿਤੇ ਕੋਈ ਜਗਾਲ ਨਹੀਂ ਦੀ ਏਸੀ ਹੀਟਰ ਚੱਲਦਾ ਮੇਰੇ ਵੀਰੋ ਇੰਟੀਰੀਅਰ ਵਗੈਰਾ ਨੀਟ ਐਂਡ ਕਲੀਨ ਕੰਡੀਸ਼ਨ ਦੇ ਵਿੱਚ ਇੰਟੀਰੀਅਰ ਟਾਇਰਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਕੰਡੀਸ਼ਨ ਦੇ ਟਾਇਰ ਨੇ ਮੇਰੇ ਵੀਰੋ ਵਾਈਟ ਕਲਰ ਹੈ NC ਪੰਜਾਬ ਦੀ ਮਿਲ ਜੂਗੀ ਬਹੁਤ ਹੀ ਵਧੀਆ ਸੰਭ ਕੇ ਰੱਖੀ ਹੋਈ ਕਾਰ ਆ ਜੀ ਸਾਰੇ ਫੀਚਰ ਵਰਕਿੰਗ ਦੇ ਵਿੱਚ ਨੇ ਕਿਤੋਂ ਕੋਈ ਜਰਨੀ ਕਿਤੋਂ ਕੋਈ ਜਗਾਲ ਨਹੀਂ ਕੋਈ ਮਾਈਨਰ ਸਕਰਾਚਸ ਵੀ ਨਹੀਂ ਗੱਡੀ ਤੇ ਬਾਕੀ ਤੁਸੀਂ ਮਾਲਕਾਂ ਦੇ ਨਾਲ ਕੰਟੈਕਟ ਕਰਕੇ ਇਹ ਗੱਡੀ ਤੁਸੀਂ ਖਰੀਦ ਸਕਦੇ ਹੋ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਤੁਸੀਂ ਟੈਸਟ ਡਰਾਈਵ ਲੈਣੀ ਹੈ ਤੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰਨੇ ਆ ਬਾਕੀ ਜੇਕਰ ਤੁਸੀਂ ਕਿਤੇ ਵੀ ਗੱਡੀ ਲੈਣ ਜਾਣੇ ਹੋ ਮਸ਼ੀਨਰੀ ਦੀ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਜਾ ਕੇ CAR INFO C A R I N F O ਦਾ ਐਪ ਆ ਜੀ ਡਾਊਨਲੋਡ ਕਰੋ ਉਹਦੇ ਵਿੱਚ RC ਸਰਚ ਆਊਗਾ ਉਸ ਗੱਡੀ ਦਾ ਨੰਬਰ ਭਰੋ ਸਾਰੀ ਡਿਟੇਲ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਊਗੀ ਉਹਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਗੱਡੀ ਦੇ ਉੱਤੇ ਲੋਨ ਹੈ ਗੱਡੀ ਦੇ ਉੱਤੇ ਕੋਈ ਚਲਾਨ ਹੈ ਸਾਰਾ ਕੁਝ ਸਾਰੀ ਗੱਡੀ ਦੀ ਇੱਕ ਇੱਕ ਨਵਜ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਊਗੀ ਕਿੱਥੋਂ ਤੱਕ ਪਾਸਿੰਗ ਪਈ ਆ ਕਿਹੜੇ ਡੀਜ਼ਲ ਟਾਈਪ ਆ ਜਾਂ ਪੈਟਰੋਲ ਟਾਈਪ ਆ ਕਿੰਨਾ ਇੰਸ਼ੋਰੈਂਸ ਪਿਆ ਕਿੰਨਾ ਪੋਲੂਸ਼ਨ ਪਿਆ ਸਾਰਾ ਕੁਝ ਤੁਸੀਂ ਉਸ ਦੇ ਥਾਈਂ ਦੇਖ ਸਕਦੇ ਹੋ ਹਾਂਜੀ ਮੇਰੇ ਦੋਸਤੋ ਅਗਰ ਤੁਸੀਂ ਕੋਈ ਵੀ ਮਸ਼ੀਨਰੀ ਲੈਣੀ ਹੈ ਆਪਣੀ ਸੋਚ ਸਮਝ ਕੇ ਕਾਗਜ਼ ਪੱਤਰ ਚੈੱਕ ਕਰਕੇ ਇੰਜਨ ਗੇਅਰ ਚੈੱਕ ਕਰਕੇ ਲਿਆ ਕਰੋ ਸਾਡੀ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋएगी ਕੱਲ ਨੂੰ ਜੇ ਉਨੇ ਕੀ ਹੁੰਦੀ ਆ ਸਾਡਾ ਕੰਮ ਸਿਰਫ ਐਡ ਲਾਉਣਾ ਹੈ ਕਸਟਮਰਾਂ ਤੱਕ ਸਿੱਧੀਆਂ ਗੱਡੀਆਂ ਪਹੁੰਚਾਉਂਦਾ ਹੈ ਧੰਨਵਾਦ ਜੀ